ਸਤਿ ਸ਼੍ਰੀ ਅਕਾਲ ਜੀ ਇਸ ਵਕਤ ਪੰਜਾਬ ਦੇ ਹਾਲਾਤ ਕਾਫੀ ਵਿਗੜ ਚੁੱਕੇ ਹਨ ਉਥੇ ਹੀ ਹੁਣ ਫਿਰੋਜ਼ਪੁਰ ਦੇ ਨਾਲ ਨਾਲ ਕਈ ਸ਼ਹਿਰਾਂ ਅਤੇ ਪਿੰਡਾਂ ਨੂੰ ਅਲਰਟ ਜਾਰੀ ਕੀਤਾ ਗਿਆ ਸੀ ਕਿ 13 ਜੁਲਾਈ ਨੂੰ 10 ਵਜੇ ਪਾਖੜਾ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਪਾਖੜਾ ਡੈਮ ਦੇ ਹੋਰ ਗੇਟ ਖੋਲ ਦਿੱਤੇ ਜਾਣਗੇ 16000 ਕਿਊਸਕ ਪਾਣੀ ਪਹਿਲਾਂ ਛੱਡ ਦਿੱਤਾ ਗਿਆ ਹੈ ਅਤੇ 19000 ਕਿਊਸਕ ਪਾਣੀ ਜਲਦ ਹੀ ਛੱਡ ਦਿੱਤਾ ਜਾਵੇਗਾ ਕੁੱਲ 35000 ਕਿਊਸਕ ਪਾਣੀ ਹੋਣ ਦੇ ਕਾਰਨ ਕਈ ਥਾਵਾਂ ਤੇ ਹੜ ਆਨ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਲੋਕ ਹੋਰ ਵੀ ਜ਼ਿਆਦਾ ਘਬਰਾ ਗਏ ਸਨ ਕਿਉਂਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ ਬਹੁਤ ਪਾਣੀ ਆ ਚੁੱਕਾ ਹੈ ਅਤੇ ਲੋਕਾਂ ਦੀ ਸਥਿਤੀ ਬੱਤਰ ਹੋ ਚੁੱਕੀ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਮੌਜੂਦਾ ਹਾਲਾਤ ਵਿਚਾਲੇ BBMB ਨੇ ਰਾਹਤ ਪ੍ਰਿਆ ਫੈਸਲਾ ਲਿਆ ਪਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਅਗਲੇ 3 ਦਿਨ ਤੱਕ ਪਾਣੀ ਨਹੀਂ ਛੱਡਿਆ ਜਾਵੇਗਾ 13 ਜੁਲਾਈ ਨੂੰ ਪਾਣੀ ਛੱਡਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ ਹਾਲਾਂਕਿ ਕੁਝ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਪਲਾਨ ਨੂੰ ਬਿਲਕੁਲ ਕੈਨਸਲ ਕਰ ਦਿੱਤਾ ਅਤੇ ਹੁਣ ਪਾਖੜਾ ਡੈਮ ਵਿੱਚੋਂ ਪਾਣੀ ਨਹੀਂ ਛੱਡਿਆ ਜਾਵੇਗਾ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਇਸ ਫੈਸਲੇ ਨੂੰ 3 ਦਿਨ ਦੇ ਲਈ ਮੁਲਤਵੀ ਕੀਤਾ ਗਿਆ ਹੈ ਅਗਰ 3 ਦਿਨ ਦੇ ਵਿੱਚ ਪ੍ਰਸਥਿਤੀਆਂ ਨਾਰਮਲ ਨਹੀਂ ਹੁੰਦੀਆਂ ਤਾਂ ਪਾਖੜਾ ਡੈਮ ਦੇ ਹੋਰ ਗੇਟ ਖੋਲ ਦਿੱਤੇ ਜਾਣਗੇ ਵਾਲੇ ਤੁਹਾਡੀ ਇਸ ਅਪਡੇਟ ਬਾਰੇ ਕੀ ਰਾਏ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਵਾਹਿਗੁਰੂ ਲਿਖਣਾ ਬਿਲਕੁਲ ਵੀ ਨਾ ਭੁੱਲਣਾ